ਇਹ ਪੋਲਿਟਿਕਸ ਹੈ, ਇਹ ਆਪਾਂ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਹਾਂ ਅਤੇ ਲੋਕਾਂ ਨੇ ਚੋਣ ਕਰਨੀ ਹੈ, ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਣਾ। ਜੇ ਕੋਈ ਮੁੱਦਾ ਹੈ ਤਾਂ ਉਹਦੇ 'ਤੇ ਡਿਸਕਸ਼ਨ ਹੋ ਸਕਦੀ ਹੈ। ਅਤੇ ਅਗਰ ਰਾਜਾ ਜੀ ਇੱਥੋਂ ਜਿੱਤਦੇ ਨੇ ਅਤੇ ਗਿੱਦੜ ਬਹੇ, ਫਿਰ ਤੁਸੀਂ ਜਾਓਗੇ? ਇਸ ਚੀਜ਼ ਬਾਰੇ ਬਿਲਕੁਲ ਨਹੀਂ ਸੋਚਿਆ, ਬਿਕਾਜ਼ ਹਜੇ ਸਾਰੇ ਦਾ ਸਾਰਾ ਫੋਕਸ, ਇਹਨਾਂ ਸੋਚਣ ਦਾ ਟਾਈਮ ਕਿੱਥੇ ਹੈ? ਮੈਂ ਸੁਬਹਾ 6 ਵਜੇ ਸਟਾਰਟ ਕਰਦੀ ਹਾਂ, ਰਾਤ ਦੇ 11 ਵੀ ਵੱਜ ਜਾਂਦੇ ਆ, 12 ਵੀ ਵੱਜ ਜਾਂਦੇ ਆ, ਹਜੇ ਤਾਂ ਟੋਟਲ ਫੋਕਸ ਇੱਥੋਂ ਦੇ ਲੋਕਾਂ ਲਈ ਕੰਮ ਕਰਨ 'ਤੇ ਹੈ। ਪਰਮਾਤਮਾ ਕਰੇ ਇੱਥੋਂ ਦੀ ਜਨਤਾ ਜਿਤਾ ਕੇ ਲਿਆ। ਤੁਹਾਡੀ ਗੱਲ ਵਿੱਚ ਰੋਕ ਦਾਂਗਾ, ਪਰ ਜੇ ਹਾਈ ਪਾਰਟੀ ਹਾਈ ਕਮਾਂਡ ਤੁਹਾਨੂੰ ਟਿਕਟ ਦਿੰਦੀ ਹੈ ਤਾਂ ਤੁਸੀਂ ਅਸੈਪਟ ਕਰੋਗੇ? ਇਸ ਚੀਜ਼ ਬਾਰੇ ਓਨੈਸਟਲੀ ਸੋਚਿਆ ਨਹੀਂ। ਓਨੈਸਟਲੀ ਜੇ ਇਹ ਉਦੋਂ ਦੀ ਉਦੋਂ ਵੇਖਾਂਗੇ, ਸਭ ਨੂੰ ਪਤਾ ਲੱਗ ਜੂਗਾ ਜੇ ਕੁਛ ਹੋਇਆ, ਪਰ ਬਿਲਕੁਲ ਸੋਚਿਆ ਨਹੀਂ ਇਸ ਗੱਲ ਬਾਰੇ। ਨੰਨੀ ਸ਼ਾਮ ਵਰਸਿਸ ਆਸਰਾ NGO, ਇਹ ਕਿੰਨਾ ਗਾ ਲੋਕਾਂ ਦੇ ਵਿੱਚ, ਕਿਉਂਕਿ ਪਿੰਡਾਂ ਪਿੰਡ ਲੈਵਲ 'ਤੇ ਵੀ ਹੁਣ ਇਹ ਗੱਲ ਚਲੀ ਗਈ ਹੈ, ਪਹਿਲਾਂ ਸ਼ਹਿਰ ਲੈਵਲ 'ਤੇ ਇਹ ਗੱਲ ਪਤਾ ਸੀ ਵੀ ਤੁਸੀਂ ਇੱਕ NGO ਚਲਾ ਰਹੇ ਹੋ, ਤੁਹਾਨੂੰ ਕੀ ਲੱਗਦਾ ਗਾ? ਦੇਖੋ ਮੈਨੂੰ ਨਹੀਂ ਪਤਾ ਬੀਬਾ ਜੀ ਨੰਨੀ ਛਾਂ 'ਚ ਕੀ ਕਰਦੇ ਹੈ, ਓਨੈਸਟਲੀ ਮੈਨੂੰ ਇਸ ਚੀਜ਼ ਬਾਰੇ ਬਿਲਕੁਲ ਨੌਲੇਜ ਨਹੀਂ। ਮੈਂ ਜ਼ਰੂਰ ਅਖਬਾਰ 'ਚ ਕਦੀ ਫੋਟੋ ਵੇਖੀ ਹੈ ਉਹਨਾਂ ਦੀ, ਦਰਖਤ ਲਾ ਰਹੇ ਹੈ ਕਿਤੇ ਜਾਂ ਕੁਛ ਕਰ ਰਹੇ ਹੈ, ਮੈਨੂੰ ਉਹਨਾਂ ਦੀ ਐਕਟੀਵਿਟੀ ਬਾਰੇ ਪਤਾ ਨਹੀਂ ਗਾ। ਮੈਨੂੰ ਆਪਦੇ ਕੰਮ ਬਾਰੇ ਪਤਾ ਹੈ ਕਿ ਇੱਕ ਜਜ਼ਬਾ ਹੈ ਕੰਮ ਕਰਨ ਦਾ, ਜਨੂਨ ਹੈ, ਬੜਾ ਸਟਰੋਂਗ ਫੀਲਿੰਗ ਹੈ ਕਿ ਜਿਹੜੇ ਲੋਕਾਂ ਨੇ ਇੰਨਾ ਪਿਆਰ ਬਖਸ਼ਿਆ, ਜਿਹੜੀ ਧਰਤੀ 'ਤੇ ਪੈਦਾ ਹੋਏ ਹੈ, ਅੱਜ ਉਸ ਧਰਤੀ ਨੂੰ ਲੋੜ ਹੈ ਉਹਨਾਂ ਲੋਕਾਂ ਦੀ ਜਿਹੜੇ ਉੱਠ ਕੇ ਉਹਨਾਂ ਲੋਕਾਂ ਦੀ ਸੇਵਾ ਕਰਨ। ਇੱਕ ਜਨੂਨ ਹੈ ਉਸ ਕੰਮ ਦਾ, ਲੋਕਾਂ ਨੂੰ ਆਪਦਾ ਆਪਦੇ ਜ਼ਿੰਦਗੀ ਦਾ ਕੁਛ ਸ਼ੇਅਰ ਦੇਣ ਦਾ, ਉਹ ਕਿਸ ਰੂਪ ਵਿੱਚ ਦੇਣਾ ਹੈ, ਭਾਵੇਂ ਉਹ ਗਰੀਬਾਂ ਦੀ ਮਦਦ ਕਰਕੇ, ਭਾਵੇਂ ਲੋੜਵੰਦ ਜਿਹੜੇ ਆਪਦਾ ਇਲਾਜ ਆਪ ਨਹੀਂ ਕਰਾ ਸਕਦੇ ਉਹਨਾਂ ਦੇ ਥਰੂ, ਭਾਵੇਂ ਇਨਵਾਇਰਮੈਂਟ ਨੂੰ ਬਚਾ ਕੇ, ਭਾਵੇਂ ਲੋਕਾਂ ਨੂੰ ਅੱਡ ਅੱਡ ਤਰ੍ਹਾਂ ਦੇ ਸਕਿੱਲਸ ਦੇ ਕੇ, ਇਹ ਆਪਦਾ ਤਰੀਕਾ ਹੈ ਲੋਕਾਂ ਨੂੰ ਵਾਪਸ ਦੇਣ ਦਾ। ਇਟ ਇਜ਼ ਬੇਸਿਕਲੀ ਗਿਵਿੰਗ ਬੈਕ ਸਮਾਈਲਸ ਇਜ਼ ਮਾਈ ਟੈਗ ਲਾਈਨ, ਮੈਂ ਉਹਦੇ 'ਤੇ ਚੱਲਦੀ ਹਾਂ। ਅਤੇ ਹੁਣ ਤੱਕ ਦਾ ਜਿੰਨਾ ਤੁਸੀਂ ਪ੍ਰਚਾਰ ਕਰਿਆ ਗਾ, ਸਾਰੇ ਹਲਕੇ ਦਾ ਕੀ ਹੁੰਗਾਰਾ ਗਾ? ਬਹੁਤ ਪੋਜ਼ਿਟਿਵ ਹੁੰਗਾਰਾ ਹੈ ਵੀਰੇ, ਐਂਡ ਲੋਕਾਂ ਦੇ ਵਿੱਚ ਇੱਕ ਜੋਸ਼ ਹੈ ਰਾਜਾ ਜੀ ਨੂੰ ਲੈ ਕੇ, ਲੋਕਾਂ ਦੇ ਵਿੱਚ ਇੱਕ ਬੜੀ ਵੱਡੀ ਐਕਸਪੈਕਟੇਸ਼ਨ ਹੈ ਕਿ ਜਿਸ ਬੰਦੇ ਨੇ ਯੂਥ ਕਾਂਗਰਸ ਨੂੰ, ਸਮੁੱਚੇ ਦੇਸ਼ ਦੀ ਯੂਥ ਕਾਂਗਰਸ ਨੂੰ ਇੰਨਾ ਸਟਰੋਂਗ ਕੀਤਾ ਆਪਦੀ ਲੀਡਰਸ਼ਿਪ ਦੇ ਵਿੱਚ, ਜਿਹਨੇ ਗਿੱਦੜਬਾਹਾ ਨੂੰ ਕਿਸ ਲੈਵਲ 'ਤੇ ਸੀ ਅਤੇ ਅੱਜ ਕਿੱਥੇ ਪਹੁੰਚਾਇਆ, ਲੋਕਾਂ ਨੂੰ ਉਹਨਾਂ ਕੰਮਾਂ ਨੂੰ ਵੇਖ ਕੇ ਲੋਕਾਂ ਦੇ ਵਿੱਚ ਜੋਸ਼ ਹੈ, ਜਿਹੜੇ ਕੰਮ ਕੀਤੇ ਆ ਲੋਕ ਉਸ ਚੀਜ਼ ਨੂੰ ਵੇਖ ਕੇ ਲੋਕਾਂ ਦੇ ਵਿੱਚ ਐਕਸਪੈਕਟੇਸ਼ਨਸ ਹੈ ਕਿ ਰਾਜਾ ਜੀ ਸ਼ਾਇਦ ਇੱਥੇ ਆ ਕੇ ਵੀ ਇਹੀ ਕੁਛ ਕਰਨਗੇ, ਅਤੇ ਮੈਂ ਵਿਸ਼ਵਾਸ ਦਿਵਾਉਣੀ ਹੈ ਜਿੰਨਾ ਕੰਮ ਗਿੱਦੜਬਾਹਾ 'ਚ ਕੀਤਾ ਹੈ ਔਰ ਜਿਸ ਜਨੂਨ ਨਾਲ ਕੀਤਾ ਹੈ, 20 ਗੁਣਾ ਵੱਧ ਕੰਮ ਇੱਥੇ ਆ ਕੇ ਕਰਾਂਗੇ। ਤੁਸੀਂ ਐਕਸਪੈਕਟੇਸ਼ਨਸ ਦੀ ਗੱਲ ਕਰੀ, ਐਕਸਪੈਕਟੇਸ਼ਨਸ ਲੋਕਾਂ ਨੂੰ 2017 ਦੇ ਵਿੱਚ ਵੀ ਬੜੀਆਂ ਸੀ ਵੀ ਨਸ਼ਾ ਖਤਮ ਹੋ ਜੂਗਾ, ਪਰ ਲੋਕ ਹੁਣ ਕਦੇ ਨਾ ਕਦੇ ਲੋਕਾਂ ਦੇ ਵਿੱਚ ਇਹ ਸ਼ਿਕਵਾ ਹੈਗਾ ਗਾ ਕਿ ਤੁਸੀਂ ਇਹ ਨਹੀਂ ਸਮਝਦੇ ਵੀ ਜਿਹੜੀ ਬਠਿੰਡੇ ਦੀ ਚੋਣ ਆ, ਕਾਂਗਰਸ ਰਾਜੇ ਵੜਿੰਗ ਦੇ ਨਾਮ 'ਤੇ ਲੜ ਰਹੀ ਹੈ, ਇੱਕ ਬ੍ਰਾਂਡ ਦੇ ਨਾਮ 'ਤੇ ਇੱਕ ਨਾਮ ਬਣਿਆ ਹੋਇਆ ਗਾ, ਪਰ ਕਾਂਗਰਸ ਬਹੁਤ ਪਿੱਛੇ ਰਹਿ ਗਈ। ਦੇਖੋ ਰਾਜਾ ਵੜਿੰਗ ਬ੍ਰਾਂਡ ਕੰਮਾਂ ਕਰਕੇ ਬਣਿਆ, ਰਾਜਾ ਵੜਿੰਗ ਬ੍ਰਾਂਡ ਆਪਦੀ ਸੱਚਾਈ ਕਰਕੇ ਬਣਿਆ, ਹੌਸਲੇ ਕਰਕੇ ਬਣਿਆ, ਲੋਕਾਂ ਦੇ ਨਾਲ ਖੜਨ ਦਾ ਜਜ਼ਬਾ ਹੈ, ਲੋਕਾਂ ਨੂੰ ਪਿੱਠ ਨਹੀਂ ਕਦੀ ਵਿਖਾਈ, ਇਹ ਬ੍ਰਾਂਡ ਤਾਂ ਬਣਿਆ। ਪਰ ਇਸ ਬ੍ਰਾਂਡ ਦੀ ਬੈਕਿੰਗ ਕਾਂਗਰਸ ਪਾਰਟੀ ਹੈ, ਇਹ ਰਾਜਾ ਵੜਿੰਗ ਜੋ ਲੀਡਰ ਬਣਿਆ ਹੈ ਇਹ ਕਾਂਗਰਸ ਪਾਰਟੀ ਦੀ ਦੇਣ ਹੈ, ਇਹ ਨਹੀਂ ਕਹਿ ਸਕਦੇ ਕਾਂਗਰਸ ਪਾਰਟੀ ਪਿੱਛੇ ਹੈ, ਇਹ ਕਾਂਗਰਸ ਪਾਰਟੀ ਕਰਕੇ ਹੀ ਰਾਜਾ ਵੜਿੰਗ ਹੈ, ਇਹ ਪਿੱਛੇ ਨਹੀਂ ਰਹੀ। ਨਾਲੇ ਦੇਖੋ 10 ਸਾਲਾਂ ਦੇ ਵਿੱਚ ਉਹਨਾਂ ਨੇ ਆਪਣਾ ਸੂਬਾ ਇੰਨਾ ਪਿੱਛੇ ਨੂੰ ਲੈ ਗਏ, ਨਸ਼ਾ ਹਰ ਤੀਜੇ ਘਰ 'ਚ ਉਹਨਾਂ ਨੇ ਵਾੜਤਾ, ਬੜੇ ਪਿੰਡਾਂ ਦੇ ਵਿੱਚ ਜਾ ਰਹੀਆਂ ਜਿੱਥੇ ਨੌਜਵਾਨ ਤੁਰ ਗਏ ਹੈ ਅਤੇ ਬਜ਼ੁਰਗ ਬੈਠੇ ਆ, ਜਿੱਧਰੋਂ ਬਜ਼ੁਰਗ ਤੁਰ ਗਏ ਉਹ ਘਰਾਂ ਨੂੰ ਤਾਲੇ ਲੱਗ ਜਾਣੇ ਹੈ। ਇਹ ਬਟਨ ਦੱਬ ਕੇ ਨਸ਼ਾ ਨਹੀਂ ਬੰਦ ਹੋਣਾ, ਸਰਕਾਰ ਆਪਦੀ ਪੂਰੀ ਕਾਰਵਾਈ ਕਰ ਰਹੀ ਹੈ,
ਤੇ ਪੁਲਿਸ ਪੂਰੀ ਕਾਰਵਾਈ ਕਰ ਰਹੀ ਹੈ। 2 ਸਾਲ ਹੋਏ ਸਰਕਾਰ ਨੂੰ, ਹਜੇ 3 ਸਾਲ ਪਏ ਹੈ। ਉਹਨਾਂ ਦੇ 10 ਸਾਲਾਂ ਨੂੰ ਵੇਖੋ ਤੇ 2 ਸਾਲਾਂ ਦੇ ਵਿੱਚ ਬੜੀ ਡਿਵੈਲਪਮੈਂਟ ਕੀਤੀ। ਅੱਜ ਪੰਜਾਬ ਰੋਡਵੇਜ਼ ਨੇ 700 ਰੁਪਇਆ ਕਰੋੜ ਮੁਨਾਫਾ ਪੰਜਾਬ ਰੋਡਵੇਜ਼ ਨੇ ਕਮਾਇਆ ਹੈ। ਕਿਸਾਨਾਂ ਦੀ ਫਸਲ ਦਾ ਝਾੜ ਅੱਜ ਵੱਧ ਹੋਣ ਲੱਗ ਪਿਆ ਪਹਿਲਾਂ ਨਾਲੋਂ। ਪੋਜ਼ਿਟਿਵਸ ਵੇਖੋ ਪਲੀਜ਼, ਹੌਲੀ ਹੌਲੀ ਕਰਾਂਗੇ ਤੇ ਡੈਫੀਨੇਟਲੀ ਤਰੱਕੀ ਦੀਆਂ ਰਾਹਾਂ ਤੇ ਪੰਜਾਬ ਤੁਰ ਪਿਆ ਹੈ ਤੇ ਸਿਰਾ ਲਾ ਦਿਆਂਗੇ, ਚਿੰਤਾ ਨਾ ਕਰੋ। ਇੱਕ ਤੁਸੀਂ ਆਪਣੇ ਭਾਸ਼ਣਾਂ ਦੇ ਵਿੱਚ ਇਹ ਬੜਾ ਕਹਿ ਰਹੇ ਹੋ ਵੀ ਬਠਿੰਡੇ ਦੇ ਵਿੱਚ ਕੋਈ ਮੁਕਾਬਲਾ ਨਹੀਂ ਲੱਗਦਾ, ਜਿੱਥੇ ਕਿ ਸਿਟਿੰਗ MP ਨੇ, 2 ਬਾਕੀ ਹੋਰ MLA ਨੇ, ਰਾਜਾ ਵੜਿੰਗ ਜੀ ਖੁਦ MLA ਨੇ, ਫਿਰ ਵੀ ਮੁਕਾਬਲਾ ਕਿਉਂ ਨਹੀਂ ਲੱਗਦਾ? ਦੇਖੋ, ਜਿਹੜੀ ਸਭ ਤੋਂ ਪਹਿਲਾਂ ਬੀਬਾ ਬਾਦਲ ਦੀ ਗੱਲ ਕਰੀਏ, ਬੀਬਾ ਬਾਦਲ ਤੋਂ ਲੋਕਾਂ ਨੂੰ ਬੜੀਆਂ ਐਕਸਪੈਕਟੇਸ਼ਨ ਸਨ ਕਿ ਬੀਬਾ ਜੀ ਪਤਾ ਨਹੀਂ ਸਾਨੂੰ ਕੀ ਲਿਆ ਕੇ ਦੇਣਗੇ। ਮੇਰੇ ਦਿਮਾਗ 'ਚ ਵੀ ਭੁਲੇਖਾ ਸੀ ਬੀਬਾ ਜੀ ਨੇ ਪਤਾ ਨਹੀਂ ਕੀ ਕੁਛ ਕੀਤਾ ਹੋਊਗਾ, ਪਰ ਬੀਬਾ ਜੀ ਨੇ ਤਾਂ ਆਪਦੇ ਮਹਿਕਮੇ 'ਚੋਂ ਹੀ 1 ਪੈਸੇ ਦੀ ਚੀਜ਼ ਬਠਿੰਡਾ ਕੰਸਟੀਟੂਐਂਸੀ ਲਈ ਨਹੀਂ ਲਿਆਉਂਦੀ। ਕੋਈ ਡਿਵੈਲਪਮੈਂਟ ਪਹਿਲੀ ਗੱਲ ਤਾਂ ਬੀਬਾ ਜੀ ਨੇ ਨਹੀਂ ਕੀਤੀ। ਦੂਸਰੀ ਗੱਲ ਕਰੀਏ, ਬੀਬਾ ਬਲਜਿੰਦਰ ਕੌਰ ਨੇ, ਸ਼ਾਇਦ ਉਹਨਾਂ ਦਾ ਨਾਮ ਹੈ, ਹੈ ਨਾ? ਹਾਂਜੀ ਹਾਂਜੀ, ਉਹ ਦੇਖੋ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਹੈ। ਉਹਨਾਂ ਦੇ 2 MLAs ਜਾ ਕੇ ਕਾਂਗਰਸ ਪਾਰਟੀ ਦੇ ਨਾਲ ਰਲ ਗਏ, ਉਹਨਾਂ ਦੀ ਪਾਰਟੀ ਦੇ ਪ੍ਰਧਾਨ ਸਨ, ਉਹ ਆਪਦੀ ਅੱਡ ਪਾਰਟੀ ਬਣਾ ਕੇ ਚੋਣ ਲੜ ਰਹੇ ਹੈ। ਉਹਨਾਂ ਦੀ ਪਾਰਟੀ 'ਚੋਂ ਜਿਹੜੇ ਛੱਡ ਕੇ ਆਏ ਸੀ, ਉਹਨਾਂ ਨੇ ਤੀਸਰੀ ਪਾਰਟੀ ਬਣਾਈ ਹੈ। ਪਹਿਲਾਂ ਉਹ ਕਾਂਗਰਸ ਤੋਂ ਚੋਣ ਲੜੇ, MLA ਬਣੇ, ਫਿਰ ਉਹ ਆਪ ਤੋਂ ਬਣੇ, ਹੁਣ ਉਹ ਆਪਦੀ ਪਾਰਟੀ ਬਣਾ ਕੇ ਚੋਣ ਲੜ ਰਹੇ। ਤੁਸੀਂ ਦੇਖੋ ਕਿ ਤੁਹਾਨੂੰ ਕੀ ਲੱਗਦਾ, ਆਮ ਆਦਮੀ ਪਾਰਟੀ ਦਾ ਤਾਂ ਵਜੂਦ ਹੀ ਨਹੀਂ ਰਿਹਾ, ਉਹਨਾਂ ਦੇ MLA ਛੱਡ ਛੱਡ ਸਾਨੂੰ ਜੁਆਇਨ ਕਰ ਰਹੇ ਹੈ। ਅਤੇ ਸੁਖਪਾਲ ਖਹਿਰਾ ਜੀ ਨੇ 3ਜੀ ਪਾਰਟੀ ਤੋਂ ਚੋਣ ਲੜ ਰਹੇ, ਜਿਸ ਬੰਦੇ ਨੂੰ ਆਪਦੀ ਪਾਰਟੀ ਦਾ ਹੀ ਨਹੀਂ ਪਤਾ, ਉਹ ਇਲੈਕਸ਼ਨ ਕੀ ਕੰਟੈਸਟ ਕਰੂਗਾ? ਕਲੈਰਿਟੀ ਨਹੀਂ ਦਿਮਾਗ ਦੇ ਵਿੱਚ। ਬਠਿੰਡਾ MP ਇਲੈਕਸ਼ਨ ਨਾ ਬਣ ਕੇ ਇੱਕ ਬੀਬੀਆਂ ਦੀ ਜੰਗ ਨਹੀਂ ਬਣ ਕੇ ਰਹਿ ਗਿਆ? ਨਹੀਂ ਵੀਰੇ, ਮੈਂ ਇਹਨੂੰ ਬਿਲਕੁਲ ਜੰਗ ਨਹੀਂ ਸਮਝਦੀ। ਮੈਂ ਲੋਕਾਂ ਦੇ ਹੱਕਾਂ ਪਿੱਛੇ, ਲੋਕਾਂ ਦੀ ਸੋਚ 'ਤੇ ਪਹਿਰਾ ਦੇ ਰਹੀ ਹਾਂ ਅਤੇ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾ ਰਹੀ ਹਾਂ। ਮੈਂ ਕੋਈ ਜੰਗ ਨਹੀਂ ਲੜ ਰਹੀ, ਸਾਡੀ ਕੋਈ ਇਹ ਜੰਗ ਨਹੀਂ ਗੀ, ਇਹਨੂੰ ਗਲਤ ਨਾਮ ਨਾ ਦਿਓ। ਇਹ ਇਲੈਕਸ਼ਨ ਹੋ ਰਿਹਾ ਅਤੇ ਇਲੈਕਸ਼ਨ ਜਿਸ ਤਰੀਕੇ ਨਾਲ ਹੁੰਦਾ ਹੈ, ਇਹ ਉਸੇ ਤਰੀਕੇ ਨਾਲ ਹੋ ਰਿਹਾ। ਕੋਈ ਪਰਸਨਲ ਅਟੈਕਸ ਮੈਂ ਲੋਕਾਂ ਵਾਂਗੂ ਨਹੀਂ ਕਰਦੀ, ਜਿਵੇਂ ਆਪੋਜੀਸ਼ਨ ਪਾਰਟੀ ਰੋਜ਼ ਕਰ ਰਹੀ ਹੈ। ਮੈਂ ਮੁੱਦਿਆਂ ਦੇ ਆਧਾਰ 'ਤੇ ਗੱਲ ਕਰਦੀ ਹਾਂ, ਵਿਕਾਸ ਦੇ ਆਧਾਰ 'ਤੇ ਗੱਲ ਕਰਦੀ ਹਾਂ, ਕੰਮਾਂ ਦੇ ਆਧਾਰ 'ਤੇ ਗੱਲ ਕਰਦੀ ਹਾਂ। ਜਿਹੜੀ ਚੀਜ਼ ਨਹੀਂ ਹੋਈ, ਜੇ ਲੋਕਾਂ ਨੂੰ ਨਹੀਂ ਦੱਸਾਂਗੇ ਤਾਂ ਪਤਾ ਕਿਵੇਂ ਲੱਗੂਗਾ? ਹੁਣ ਜਾਂਦੇ ਜਾਂਦੇ ਆਪਣਾ ਲਾਸਟ ਆਪਾਂ ਕੁਐਸਚਨ ਲੈ ਲੈਂਦੇ ਹਾਂ, ਬਠਿੰਡੇ ਹਲਕੇ ਦੇ ਵੋਟਰਾਂ ਨੂੰ ਤੋਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਇਹੀ ਮੈਸੇਜ ਦੇਣਾ ਚਾਹੂੰਗੀ ਕਿ ਤੁਸੀਂ ਰਾਜਾ ਜੀ ਨੂੰ, ਜੋ ਮਗਰਲੇ 10 ਸਾਲਾਂ ਦੇ ਵਿੱਚ ਕੰਮ ਕੀਤੇ ਹੈ, ਜੋ ਲੋਕਾਂ ਲਈ ਖੜ੍ਹੇ ਹੈ, ਜੋ ਯੂਥ ਕਾਂਗਰਸ ਲਈ ਕੰਮ ਕੀਤਾ ਹੈ, ਜੋ ਇਸ ਦੇਸ਼ ਦੇ ਯੂਥ ਲਈ ਕੰਮ ਕੀਤਾ ਹੈ, ਤੁਸੀਂ ਉਹਨਾਂ ਚੀਜ਼ਾਂ ਨੂੰ ਵੇਖ ਕੇ, ਉਹਨਾਂ ਕੰਮਾਂ ਨੂੰ ਵੇਖ ਕੇ ਆਪਦੇ ਭਰਾ ਨੂੰ ਵੋਟ ਪਾਉਣੀ ਹੈ ਅਤੇ ਤੁਹਾਨੂੰ ਕਦੀ ਨਿਰਾਸ਼ ਨਹੀਂ ਹੋਣ ਦੇਵਾਂਗੇ। ਜੋ ਇਸ ਇਲਾਕੇ ਦੀ ਹਿਸਟਰੀ ਰਹੀ ਹੈ ਕਿ ਲੀਡਰਸ ਆਏ MP ਇਲੈਕਸ਼ਨਸ ਦੇ ਵਿੱਚ, ਜਿਹੜੇ MP ਬਣੇ ਉਹਨਾਂ ਨੇ ਕੋਈ ਰਿਵਰਟ ਨਹੀਂ ਕੀਤਾ, ਕੋਈ ਰਿਸਪੋਂਸੀਬਿਲਿਟੀ ਫੀਲ ਨਹੀਂ ਕੀਤੀ, ਤੁਹਾਨੂੰ ਉਸ ਤਰ੍ਹਾਂ ਦੀ ਕੋਈ ਨਮੋਸ਼ੀ ਸਹਿਣੀ ਨਹੀਂ ਪਊਗੀ। ਜੋ ਤੁਹਾਡੀਆਂ ਉਮੀਦਾਂ ਹੋਣਗੀਆਂ ਉਹਨਾਂ 'ਤੇ ਖਰੇ ਉਤਰਨ ਦੀ 100% ਕੋਸ਼ਿਸ਼ ਕਰਾਂਗੇ। ਧੰਨਵਾਦ। ਧੰਨਵਾਦ ਮੈਮ ਤੁਹਾਡਾ ਕੀਮਤੀ ਟਾਈਮ ਦੇਣ ਲਈ। ਸੋ ਦੋਸਤੋ, ਇਹ ਸੀ ਅੰਮ੍ਰਿਤਾ ਵੜਿੰਗ ਜੀ, ਜਿਨ੍ਹਾਂ ਨੇ ਆਪਣੀ ਚੋਣ ਮੁਹਿੰਮ ਦੀਆਂ ਗੱਲਾਂ ਦੇ ਨਾਲ ਆਪਾਂ ਨੂੰ ਜਾਣੂ ਕਰਾਇਆ, ਜੋ ਸਰਗਰਮੀਆਂ ਨੇ ਕਾਂਗਰਸ ਪਾਰਟੀ ਦੀਆਂ। ਜਲਦੀ ਹੀ ਆਪਾਂ ਮਿਲਦੇ ਹਾਂ ਇੱਕ ਨਵੀਂ ਖਾਸ ਮੁਲਾਕਾਤ ਦੇ ਨਾਲ, ਇੱਕ ਨਵੀਂ ਖਾਸ ਸ਼ਖਸੀਅਤ ਦੇ ਨਾਲ। ਉਦੋਂ ਤੱਕ ਦੇਖਦੇ ਰਹੋ ਰੇਡੀਓ ਮਸਤੀ ਬਠਿੰਡਾ। ਹੁਣ ਆਪਣੇ ਦੋਸਤ ਰਤਨ ਧਾਲੀਵਾਲ ਨੂੰ ਦਿਓ ਇਜਾਜ਼ਤ, ਰੱਬ ਰੱਖਾ।